ਕੋਈ ਨਵੀਂ ਨਜ਼ਮ ਨਹੀਂ ਲਿਖੀ ਕੋਈ ਸਾਨੂੰ ਸੁਣਾਓ ਦੋਸਤ ਬੈਠੇ ਨੇ ਮਹਿਮਾਨ ਨਵੀਂ ਨਜ਼ਮ ਸੁਣਾ ਦਿੰਦੇ ਸਰ ਜੀ ਨਜ਼ਮ ਹੈ ਪੰਜਾਬੀ ਦੀ ਟਾਈਟਲ ਉਹਦਾ ਵੰਡ ਇਹ ਜਿਹੜਾ ਤੁਹਾਡੀ ਵੰਡ ਪਈ ਧਰਤੀ ਜੇ ਰੱਬ ਦੀ ਹੁੰਦੀ ਇਹ ਧਰਤੀ ਜੇ ਰੱਬ ਦੀ ਹੁੰਦੀ ਕਸਮੇ ਰੱਬ ਦੀ ਸਭ ਦੀ ਹੁੰਦੀ ਮਸਜਿਦ ਮੇਰੀ ਤੂੰ ਕਿਉਂ ਉਠਾਵੇਂ ਸੇ ਸੁਣੋ ਮਸਜਿਦ ਮੇਰੀ ਤੂੰ ਕਿਉਂ ਉਠਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ਕਿਆ ਬਾਤ ਹੈ ਦਿਲ ਨੂੰ ਦਿਲ ਨਾਲ ਰਾਹ ਹੁੰਦੀ ਹੈ ਅਤੇ ਜਦੋਂ ਇੱਕ ਪੰਜਾਬੀ ਖੁਸ਼ ਹੁੰਦਾ ਹੈ ਉਹਦਾ ਮਤਲਬ ਹੈ ਕਿ ਸਾਰੇ ਪੰਜਾਬੀ ਖੁਸ਼ ਨੇ ਕਿਆ ਬਾਤ ਹੈ ਅਤੇ ਭਾਵੇਂ ਲਹਿੰਦੇ ਪੰਜਾਬ ਦਾ ਪੰਜਾਬੀ ਹੋਵੇ ਅਤੇ ਭਾਵੇਂ ਚੜ੍ਹਦੇ ਪੰਜਾਬ ਦਾ ਪੰਜਾਬੀ ਭਾਵੇਂ ਪ੍ਰਦੇਸ਼ੀ ਪੰਜਾਬ ਦਾ ਪੰਜਾਬੀ ਕਿ ਉਹ ਜਿਹੜੇ ਮੈਂ ਉਸ 'ਤੇ ਥੋੜ੍ਹੀ ਜਿਹੀ ਗੱਲ ਕਰਾਂਗਾ ਪੰਜਾਬ ਦਾ ਬਟਵਾਰਾ ਉਸ ਵਿੱਚ ਆ ਜਾਂਦਾ ਅਸੀਂ ਹੋ ਗਏ ਇਸ ਪਾਸੇ ਇੰਡੀਅਨ ਪੰਜਾਬ ਹੋ ਗਿਆ ਉਸ ਪਾਸੇ ਲੇਕਿਨ ਸਾਡੀਆਂ ਜਿਹੜੀਆਂ ਰਗਾਂ 'ਚ ਲਹੂ ਦੌੜ ਰਿਹਾ ਉਹ ਪੰਜਾਬੀ ਹੈ ਉਹਦੀ ਸ਼ਕਲ ਦੱਸ ਰਹੀ ਹੈਗੀ ਉਹ ਟੌਂਕਣ ਤੈਨੂੰ ਕੀ ਕਹਿੰਦਾ ਚੁੱਪ ਕਰ ਗਿਆ ਬਾਈ ਉਹ ਮੇਰੇ ਬਾਰੇ ਗੱਲ ਕਰ ਰਿਹਾ ਤੈਨੂੰ ਕਿਸ ਤਰ੍ਹਾਂ ਤੇਰੇ ਬਾਰੇ ਗੱਲ ਦੇਖ ਉਹ ਮੈਨੂੰ ਹਜੇ ਵੀ ਗੈਸਚਰ ਦੇ ਰਿਹਾ ਵਾਰ ਵਾਰ ਮੇਰੇ ਕੰਨੀ ਦੇਖ ਰਿਹਾ ਨਾਲੇ ਉਹ ਲਿਫਾਫੇ ਜਿਹਨੂੰ ਹੱਥ ਲਾਈ ਜਾਂਦਾ ਪਤਾ ਨਹੀਂ ਉਹ ਲਿਫਾਫੇ 'ਚ ਕੀ ਆ ਲਹਿੰਦਾ ਤੇ ਚੜ੍ਹਦਾ ਪੰਜਾਬ ਜਦੋਂ ਇੱਦਾਂ ਗਾਉਂਦੇ ਆ ਸੂਫੀ ਤੇ ਫੋਕ ਮਹਿਫਲ ਵਾਹ ਜੀ ਵਾਹ ਕਿਆ ਬਾਤ ਜੀ ਵਾਹ ਜੀ ਸੁਣਾਓ ਮਜ਼ਾ ਆ ਜਾਏਗਾ ਹਾਂਜੀ ਸੁਣਾਓ ਨਹੀਂ ਆਉਣਾ ਮੇਰਾ ਦਿਲ ਬਰਮਾਈ ਵੇ ਤੂੰ ਚੁੱਪ ਕਰ ਝੂਠੇ ਅਕਾਵਾਂ